ਦਾ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਵਿਲੇਜ ਫੂਡ ਫੈਕਟਰੀ 'ਚ, ਜਿਸ ਵਿੱਚ ਅੱਜ ਮੈਂ ਤੁਹਾਨੂੰ ਸਿਖਾ ਰਹੀ ਹਾਂ ਮਸਾਲਾ ਅਰਬੀ। ਮਸਾਲਾ ਅਰਬੀ ਬਣਾਉਣ ਵਾਸਤੇ ਸਾਨੂੰ ਚਾਹੀਦੀ ਹੈ ਅਰਬੀ। ਅਰਬੀ ਨੂੰ ਆਪਾਂ ਬੋਇਲ ਕਰ ਲਾਂਗੇ। ਬੋਇਲ ਕਿਸ ਤਰ੍ਹਾਂ ਕੀਤੀ ਜਾਂਦੀ ਉਹ ਵੀ ਵੀਡੀਓ ਮੈਂ ਅਪਲੋਡ ਕਰਾਂਗੀ ਜਲਦੀ। ਦੋ ਮੈਂ ਪਿਆਜ਼ ਲੈ ਰਹੀ ਹਾਂ, ਵੱਡੇ ਪਿਆਜ਼ ਲੈ ਰਹੀ ਹਾਂ, ਇੱਕ ਟਮਾਟਰ ਲੈ ਰਹੀ ਹਾਂ, ਥੋੜ੍ਹਾ ਜਿਹਾ ਧਨੀਆ ਲਵਾਂਗੇ, ਇੱਕ ਆਪਾਂ ਨਿੰਬੂ ਲਵਾਂਗੇ ਅਤੇ ਥੋੜ੍ਹੀ ਜਿਹੀ ਤੁਸੀਂ ਟੇਸਟ ਦੇ ਅਕੋਰਡਿੰਗ ਵਾਧੇ ਕਰ ਸਕਦੇ ਹੋ ਹਰੀ ਮਿਰਚ। ਬਾਕੀ ਜੇ ਤੁਹਾਨੂੰ ਤਿੱਖਾ ਜ਼ਿਆਦਾ ਅੱਛਾ ਲੱਗਦਾ ਤਾਂ ਤੁਸੀਂ ਹਰੀ ਮਿਰਚ ਮੇਰੇ ਜਿੰਨੀ ਲੈ ਸਕਦੇ ਹੋ। ਮਸਾਲਿਆਂ ਵਿੱਚ ਆਪਾਂ ਲਵਾਂਗੇ ਜੀਰਾ। ਜੀਰਾ ਮੈਂ ਅੱਧਾ ਕੁ ਚਮਚ ਲਿਆ। ਹਲਦੀ ਮੈਂ ਅੱਧਾ ਚਮਚ ਲੈ ਰਹੀ ਹਾਂ। ਲਾਲ ਮਿਰਚ ਮੈਂ ਅੱਧਾ ਚਮਚ ਲੈ ਰਹੀ ਹਾਂ। ਨਮਕ ਮੈਂ ਇੱਕ ਚਮਚ ਲੈ ਰਹੀ ਹਾਂ। ਧਨੀਆ ਪਾਊਡਰ ਮੈਂ ਅੱਧਾ ਚਮਚ ਲੈ ਰਹੀ ਹਾਂ। ਚੁਟਕੀ ਕੁ ਹਿੰਗ ਲੈ ਰਹੀ ਹਾਂ ਅਤੇ ਮੀਟ ਮਸਾਲਾ ਇਹ ਵੀ ਅੱਧਾ ਕੁ ਚਮਚ ਲੈ ਰਹੀ ਹਾਂ। ਅਤੇ ਆਪਾਂ ਰਾਈਸ ਪੈਂਡ ਓਇਲ ਲਵਾਂਗੇ ਜੋ ਕਿ ਕਾਫੀ ਲਾਈਟ ਹੁੰਦਾ ਹੈ। ਹੁਣ ਮੈਂ ਅਰਬੀ ਨੂੰ ਬੋਇਲ ਕਰ ਚੁੱਕੀ ਹਾਂ। ਬੋਇਲ ਕਰਨ ਤੋਂ ਬਾਅਦ ਆਪਾਂ ਇਸ ਛਿੱਲੜ ਉਤਾਰ ਲਾਂਗੇ। ਮੈਨੂੰ ਐਂ ਕਰਦੀ ਬੜੀ ਈਜ਼ਲੀ ਛਿੱਲੜ ਉਤਰ ਜਾਏਗੀ ਇਹਦੀ। ਇਹਨੂੰ ਮੈਂ ਉਬਾਲਣ ਤੋਂ ਬਾਅਦ ਫਰਿੱਜ 'ਚ ਰੱਖਤਾ ਸੀ ਇੱਕ ਘੰਟੇ ਵਾਸਤੇ, ਤਾਂ ਕਿ ਜਿਹੜੀ ਅਰਬੀ ਆਪਣੀ ਖਿੜੀ ਖਿੜੀ ਬਣੇ। ਅਰਬੀ ਆਪਾਂ ਇਹਨੂੰ ਐਵੇਂ ਛਿੱਲਿਆ ਅਤੇ ਐਵੇਂ ਕੋ ਕਿੰਨੀ ਵਧੀਆ ਨਿਕਲੀ ਹੈ। ਫਰਿੱਜ 'ਚ ਰੱਖਣ ਤੋਂ ਬਾਅਦ ਲੈਸ ਲੱਸੀ ਨਹੀਂ ਰਹੇਗੀ। ਜਿਵੇਂ ਕਦੀ ਕਿਸੇ ਨੂੰ ਅਲਰਜੀ ਵੀ ਹੈ, ਤੁਸੀਂ ਉਬਾਲ ਕੇ ਨਹੀਂ ਬਣਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਐਵੇਂ ਬਣਾਓ, ਅਤੇ ਹੱਥ 'ਤੇ ਜਿਹੜਾ ਸਰੋਂ ਦਾ ਤੇਲ ਲਾ ਲੈਣਾ। ਸਰੋਂ ਦਾ ਤੇਲ ਲਾਉਣ ਤੋਂ ਬਾਅਦ ਜਿਹੜੀ ਹੈ ਜਿਹੜੀ ਉਹਦੀ ਲੇਸ 'ਚ ਹੁੰਦੀ ਹੈ ਉਹਦੇ ਨਾਲ ਜਿਹੜੀ ਐਲਰਜੀ ਹੋਏਗੀ ਉਹ ਤੁਹਾਡੇ ਹੱਥਾਂ 'ਤੇ ਨਹੀਂ ਹੋਏਗੀ। ਅਤੇ ਇਹਦੀ ਵੀਡੀਓ ਮੈਂ ਜਲਦੀ ਅਪਲੋਡ ਕਰਾਂਗੀ ਕਿ ਮੈਂ ਜਿਹੜੀ ਅਰਬੀ ਉਬਾਲੀ ਕਿਵੇਂ ਸੀ। ਐਵੇਂ ਕੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਈਜ਼ਲੀ ਮੈਂ ਜਿਹੜੀ ਇਹਦੀ ਛਿੱਲੜ ਉਤਰ ਰਹੀ ਹੈ। ਜੇ ਆਪਾਂ ਇੱਕਦਮ ਉਬਾਲਣ ਤੋਂ ਬਾਅਦ ਇਹਨੂੰ ਬਿਨਾਂ ਠੰਡੇ ਕਿਤੇ ਗਰਮ ਗਰਮ ਉਤਾਰਾਂਗੇ ਨਾ, ਤਾਂ ਉਹ ਛਿੱਲੜ ਦੇ ਨਾਲ ਜਿਹੜੀ ਅਰਬੀ ਵੀ ਥੋੜ੍ਹੀ ਜਿਹੀ ਉਤਰ ਜਾਏਗੀ। ਹੁਣ ਜਿਹੜੀ ਅਰਬੀ ਨਹੀਂ ਉਤਰ ਰਹੀ ਹੈ, ਸਿਰਫ ਛਿੱਲੜ ਛਿੱਲੜ ਉਤਰ ਰਹੀ ਹੈ। ਹੁਣ ਆਪਾਂ ਬਾਕੀ ਦੀ ਅਰਬੀ ਵੀ ਐਵੇਂ ਛਿਲ ਕੇ ਤਿਆਰ ਕਰ ਲਾਂਗੇ। ਸਾਰੀ ਅਰਬੀ ਮੈਂ ਛਿਲ ਚੁੱਕੀ ਹਾਂ। ਛਿਲ ਕੇ ਆਪਾਂ ਇਹਨੇ ਦੋ ਦੋ ਪੀਸ ਕਰ ਲਾਂਗੇ। ਦੋ ਦੋ ਪੀਸ ਕਰ ਲਾਂਗੇ, ਜ਼ਿਆਦਾ ਬਰੀਕ ਪੀਸ ਨਹੀਂ ਕਰਾਂਗੇ। ਐਵੇਂ ਆਪਾਂ ਸਾਰੀ ਨੂੰ ਪੱਟ ਕੇ ਤਿਆਰ ਕਰਾਂਗੇ। ਹੁਣ ਸਾਰੇ ਤੋਂ ਪਹਿਲਾਂ ਆਪਾਂ ਕੜਾਹੀ ਚੜਾਵਾਂਗੇ। ਕੜਾਹੀ ਨੂੰ ਹੁਣ ਦੇਵਾਂਗੇ ਥੋੜ੍ਹੀ ਜਿਹੀ ਗਰਮ। ਕੜਾਹੀ ਆਪਾਂ ਇਸ ਕਰਕੇ ਗਰਮ ਕਰਾਂਗੇ ਕਿਉਂਕਿ ਜੇ ਕੜਾਹੀ ਗਰਮ ਹੋਏਗੀ ਤੇਲ ਆਟੋਮੈਟਿਕਲੀ ਗਰਮ ਹੋ ਜਾਏਗਾ। ਜੇ ਤੇਲ ਆਪਾਂ ਕੜਾਹੀ ਠੰਡੀ ਵਿੱਚ ਪਾ ਦਾਂਗੇ ਫਿਰ ਆਪਾਂ ਨੂੰ ਤੇਲ ਦੇ ਗਰਮ ਹੋਣ ਦੀ ਵੇਟ ਕਰਨੀ ਪਵੇਗੀ। ਇਸ ਕਰਕੇ ਹਮੇਸ਼ਾ ਪਹਿਲਾਂ ਕੜਾਹੀ ਨੂੰ ਥੋੜ੍ਹਾ ਗਰਮ ਕਰ ਲੈਣਾ, ਫਿਰ ਉਸ ਤੋਂ ਬਾਅਦ ਹੀ ਤੇਲ ਪਾਉਣਾ। ਕੜਾਹੀ ਹੋ ਚੁੱਕੀ ਹੈ ਗਰਮ ਅਤੇ ਮੈਂ ਹੁਣ ਤੇਲ ਪਾ ਰਹੀ ਵਿੱਚ। ਤੇਲ ਆਪਣਾ ਹੋ ਚੁੱਕਿਆ ਗਰਮ ਅਤੇ ਮੈਂ ਇਹਦੇ 'ਚ ਪਿਆਜ਼ ਅਤੇ ਹਰੀ ਮਿਰਚ ਜਿਹੜੀ ਆਪਾਂ ਚਿੱਲੀ ਕਟਰ ਵਿੱਚ ਕਰ ਲਈ ਸੀ ਮੈਂ ਉਹਨਾਂ ਨੂੰ ਲੈ ਲਿਆ। ਹੁਣ ਆਪਾਂ ਇਹਨੂੰ ਲਾਲ ਕਰ ਲਾਂਗੇ ਵਧੀਆ ਤਰੀਕੇ ਨਾਲ। ਪਿਆਜ਼ ਆਪਣੇ ਵਧੀਆ ਤਰ੍ਹਾਂ ਭੁੰਨ ਗਏ ਨੇ,
ਤੇ ਮੈਂ ਇਹਦੇ ਚ ਟਮਾਟਰ ਐਡ ਕਰਾਂਗੀ ਜਿਹੜਾ ਇੱਕ ਟਮਾਟਰ ਆਪਾਂ ਬਰੀਕ ਬਰੀਕ ਕੱਟ ਕਰ ਮੈਨੂੰ ਮੈਂ ਚੰਗੀ ਤਰ੍ਹਾਂ ਪਕਾ ਲਵਾਂਗੀ ਅੱਜ ਮੈਂ ਅੱਧੀ ਜਿਹੜੀ ਸਿਖਾ ਰਹੀ ਹਾਂ ਤੁਹਾਨੂੰ ਬਿਲਕੁਲ ਡਿਫਰੈਂਟ ਤਰੀਕੇ ਨਾਲ ਹੈ ਤੁਸੀਂ ਵੀ ਮੇਰੇ ਤਰੀਕੇ ਨਾਲ ਘਰ ਜ਼ਰੂਰ ਟਰਾਈ ਕਰਨਾ ਫਿਰ ਮੈਨੂੰ ਮੈਸੇਜ ਕਰਿਓ ਕਿ ਤਰ੍ਹਾਂ ਦੀ ਬਣੀ ਹੁਣ ਜਿਹੜਾ ਤੜਕਾ ਆਪਣਾ ਬਣ ਕੇ ਤਿਆਰ ਹੈ ਅਤੇ ਮੈਂ ਇਹਨੂੰ ਇੱਕ ਡੋਂਗੇ 'ਚ ਕੱਢ ਲਵਾਂਗੀ ਹੁਣ ਮੈਂ ਦੁਬਾਰਾ ਕੜਾਈ ਚੜਾਈ ਹੈ ਤੇ ਦੁਬਾਰਾ ਕੜਾਈ ਨੂੰ ਆਪਾਂ ਗਰਮ ਹੋਣ ਦੇਵਾਂਗੇ ਕੜਾਈ ਆਪਣੀ ਹੋ ਚੁੱਕੀ ਗਰਮ ਤੇ ਹੁਣ ਮੈਂ ਇਹਦੇ ਵਿੱਚ ਤੇਲ ਪਾਵਾਂਗੀ ਦੇਖ ਸਕਦੇ ਹੋ ਤੁਸੀਂ ਕੜਾਈ ਵਧੀਆ ਤਰ੍ਹਾਂ ਗਰਮ ਹੋਣ ਕਰਕੇ ਤੇਲ ਵੀ ਵਧੀਆ ਤਰ੍ਹਾਂ ਆਪਣਾ ਗਰਮ ਹੋਇਆ ਸਾਰਿਆਂ ਤੋਂ ਪਹਿਲਾਂ ਆਪਾਂ ਹਿੰਗ ਪਾ ਦਾਂਗੇ ਇਹਦੇ ਵਿੱਚ ਇਹਨੂੰ ਵਧੀਆ ਤਰ੍ਹਾਂ ਰੋਸਟ ਕਰ ਲੈਣਾ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਜੀਰਾ ਪਾ ਦਾਂਗੇ ਜੀਰਾ ਪਾਉਣ ਤੋਂ ਬਾਅਦ ਆਪਾਂ ਬਾਕੀ ਦੇ ਮਸਾਲੇ ਪਾ ਦਾਂਗੇ ਬਾਕੀ ਦੇ ਮਸਾਲੇ ਆਪਾਂ ਅੱਛੀ ਤਰ੍ਹਾਂ ਰੋਸਟ ਕਰ ਲਾਂਗੇ ਤੇ ਨਾਲ ਹੀ ਆਪਾਂ ਅਰਬੀ ਪਾ ਦਾਂਗੇ ਮੈਂ ਛੋਟਾ ਕੜਛੀ ਇਸ ਕਰਕੇ ਲਈ ਹੈ ਤਾਂ ਕਿ ਜਿਹੜੀ ਅਰਬੀ ਹੈ ਆਪਣੀ ਵਧੀਆ ਤਰ੍ਹਾਂ ਅਲੱਗ ਅਲੱਗ ਹੋ ਜਾਵੇ ਹੁਣ ਇਹਦਾ ਮਸਾਲਾ ਸਾਰਾ ਕੋਟ ਹੋ ਜਾਏਗਾ ਮਸਾਲਾ ਦੇਖ ਸਕਦੇ ਹੋ ਕਿ ਤੁਸੀਂ ਕੋਟ ਹੋ ਗਿਆ ਇਹਦੇ ਉੱਤੇ ਅਤੇ ਮੈਂ ਜਿਹੜਾ ਮਸਾਲਾ ਬਣਾਇਆ ਸੀ ਆਵਲਾ ਐਡ ਕਰਾਂਗੀ ਆਹ ਜਿਹੜਾ ਮਸਾਲਾ ਬਣਾਇਆ ਸੀ ਮੈਂ ਇਹ ਸਬਜ਼ੀ ਦੀ ਸ਼ੇਪ ਵਿੱਚ ਆ ਜਾਏਗਾ ਇਹ ਸਾਰਾ ਸਾਰਾ ਮਸਾਲਾ ਜਿਹੜਾ ਅਰਬੀ ਨੂੰ ਅੱਛੀ ਤਰ੍ਹਾਂ ਚਿੱਪੜ ਗਿਆ ਹੁਣ ਆਪਾਂ ਇਹਦੇ ਵਿੱਚ ਨਿੰਬੂ ਨੂੰ ਜੋੜਾਂਗੇ ਹੁਣ ਇਹਦੇ ਵਿੱਚ ਨਿੰਬੂ ਨੂੰ ਜੋੜਾਂਗੇ ਇੱਕ ਨਿੰਬੂ ਨੂੰ ਜੋੜਤਾ ਨਾ ਹੁਣ ਉਹ ਸਾਰਾ ਫਟਾਫਟ ਐਡ ਕਰ ਦਿਆਂਗੇ ਆਪਾਂ ਸਟੀਮ ਇਹਦੇ ਵਿੱਚ ਪਾ ਚੁੱਕੀ ਹੈ ਤੇ ਮੈਂ ਇਹਨੂੰ ਨੀਚੇ ਉਤਾਰ ਦਾਂਗੀ ਕਿਉਂਕਿ ਇਹ ਸਟੀਮ ਵਿੱਚ ਹੀ ਪੱਕਦਾ ਰਹੇਗਾ ਆਪਣੀ ਸਟੀਮ ਵਿੱਚ ਪੱਕੇਗਾ ਮੈਨੂੰ ਨੀਚੇ ਉਤਾਰਨੀ ਹੁਣ ਮੈਂ ਤੁਹਾਡੇ ਮੈਸੇਜ ਲੈ ਰਹੀ ਹਾਂ ਪਹਿਲਾ ਮੈਸੇਜ ਲੈ ਰਹੀ ਹਾਂ ਮੈਂ ਸਵੀਟ ਸਾਰਾ ਦਾ ਇਹ ਕਹਿ ਰਹੀ ਕਿ ਮੇਰੇ ਹਸਬੈਂਡ ਦਾ ਨਾਮ ਵੀ ਲੈ ਲੈਣਾ ਉਹਨਾਂ ਦਾ ਨਾਮ ਹੈ ਲਿਆਨਾ ਅਲੀ ਰਾਜਾ ਅਤੇ ਇਹਨਾਂ ਦਾ ਨਾਮ ਹੈ ਸਾਰਾ ਇਹ ਪਾਕਿਸਤਾਨ ਤੋਂ ਮੈਸੇਜ ਕਰ ਰਹੇ ਨੇ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਤੇਜਸ ਕੌਰ ਦਾ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਪਰਮਜੀਤ ਸੈਣੀ ਦਾ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਮਨਦੀਪ ਕੌਰ ਦਾ ਨੈਕਸਟ ਮੈਸੇਜ ਲੈ ਰਹੀ ਹਾਂ ਬਸ਼ੀਰ ਕਮਲ ਅਡਵਾਲ ਦਾ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਸੰਗੀਤਾ ਪਟੇਲ ਦਾ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਮੀਨੂ ਬਾਵਾ ਦਾ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਰਾਧਿਕਾ ਚੌਧਰੀ ਦਾ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਅਰਵਿੰਦ ਜੋਹਰ ਦਾ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਬਿੰਨੀ ਬੇਦੀ ਦਾ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਵਿਕਾਸ ਭਾਰਦਵਾਜ ਦਾ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਪ੍ਰੀਤ ਐਮ ਦੇ ਨਾਮ ਤੋਂ ਮੈਸੇਜ ਕਰ ਰਹੇ ਨੇ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਸੁਮਨ ਦੱਤਾ ਦਾ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਬਲਵਿੰਦਰ ਸਿੰਘ ਦਾ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਅੰਮ੍ਰਿਤਪਾਲ ਕੰਗ ਦਾ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਗੁਰਪਾਲ ਮੁਲਤਾਨੀ ਦਾ ਨੈਕਸਟ ਮੈਸੇਜ ਲੈ ਰਹੀ ਹਾਂ ਮੈਂ ਗਗਨਪ੍ਰੀਤ ਦਾ ਐਂਡ ਲਾਸਟ ਮੈਸੇਜ ਲੈ ਰਹੀ ਮੈਂ ਜੋਤੀ ਸੈਟੀ ਦਾ ਹੁਣ ਮੈਸੇਜ ਤਾਂ ਹੋ ਚੁੱਕੇ ਨੇ ਤੁਹਾਡੇ ਕੰਪਲੀਟ ਅਤੇ ਆਪਾਂ ਆਪਣੀ ਸਬਜ਼ੀ ਦੀ ਪ੍ਰੈਜੈਂਟੇਸ਼ਨ ਵੱਲ ਚੱਲਾਂ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਅਤੇ ਮੈਂ ਪ੍ਰੈਜੈਂਟੇਸ਼ਨ ਵਾਸਤੇ ਸਰਵ ਕਰ ਦਿੰਦਾ
ਔਰ ਮੈਦੇ ਉੱਤੇ ਧਨੀਆ ਐਡ ਕਰ ਦਿੰਦੇ ਕਿਉਂਕਿ ਧਨੀਆ ਨਾਲ ਹਰ ਇੱਕ ਚੀਜ਼ ਦਾ ਟੇਸਟ ਜਿਹੜਾ ਜ਼ਿਆਦਾ ਵੱਧ ਜਾਂਦਾ ਹੈ। ਹੁਣ ਮੇਰੀ ਅਰਬੀ ਬਣ ਕੇ ਬਿਲਕੁਲ ਤਿਆਰ ਹੈ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਲਾਈਕ ਕਰੋ, ਸ਼ੇਅਰ ਕਰੋ, ਨਾਲੇ ਕਮੈਂਟ ਕਰੋ। ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਜਦੋਂ ਤੁਸੀਂ ਘਰ ਅਰਬੀ ਟਰਾਈ ਕੀਤੀ ਤਾਂ ਕਿਸ ਤਰ੍ਹਾਂ ਦੀ ਬਣੀ। ਅਤੇ ਜਿਹੜੇ ਮੇਰੇ ਵਿਊਵਰ ਹਾਲੇ ਮੈਨੂੰ ਵਿਊ ਹੀ ਦੇ ਰਹੇ, ਮੈਂ ਉਹਨਾਂ ਨੂੰ ਦੁਬਾਰਾ ਰਿਕੁਐਸਟ ਕਰਾਂਗੀ ਕਿ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਥੈਂਕ ਯੂ।